साइकोलॉजी वाले बंदे ने साइकोलॉजिस्ट मैं वीरां नूं सुणदा सी वी उन्हां कोल बंदे जांदे ने कई कई घंटे उन्हां नाल गलबात करदे ने साडे ते है ही नहीं ये चीज़ां वी साइकी ते वी मैनूं हुण प्रॉब्लम है वी मैं उहदा इलाज करावां गोरियां च ये चीज़ हैगी है मान लो किसे नूं वेख के साड़ा हुंदा वी इहनूं वेख के मैनूं गुस्सा चढ़दा साडे लई ये कोई प्रॉब्लम नहीं पर उह जांदे ने ਉਹਨਾਂ ਕੋਲ ਜਾ ਕੇ ਬੈਠਦੇ ਨੇ ਸਾਈਕੋਲੋਜਿਸਟ ਜਿਹੜੇ ਹੁੰਦੇ ਨੇ ਵੀ ਵੀਰ ਜੀ ਭਾਈ ਸਾਹਿਬ ਜਿਹੜੇ ਵੀ ਉਹਨਾਂ ਦਾ ਬੰਦੇ ਡਾਕਟਰ ਨੇ ਵੀ ਤੁਹਾਨੂੰ ਆ ਫੀਸ ਹੈ $50 $100 ਤੇ ਮੇਰੀ ਆ ਪ੍ਰੋਬਲਮ ਹੈ ਉਹ 2-2 ਘੰਟੇ ਗੱਲਾਂ ਕਰਦੇ ਨੇ ਉਹਨਾਂ ਨਾਲ ਫਿਰ ਉਹ ਪ੍ਰੋਬਲਮ ਲੱਭਦੇ ਨੇ ਵੀ ਤੇਰੀ ਆ ਪ੍ਰੋਬਲਮ ਹੈ ਤਾਂ ਤੂੰ ਇਦਾਂ ਹੈ ਆ ਤੇਰੇ 'ਚ ਪ੍ਰੋਬਲਮ ਹੈ ਮੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਮੇਰਾ ਜੀ ਕਰਦਾ ਵੀ ਮੈਂ ਇਦਾਂ ਉਹ ਫਿਰ ਚੰਗੀ ਤਰ੍ਹਾਂ ਸੁਣਦੇ ਨੇ ਹੈ ਨਾ ਜਦੋਂ ਉਹ ਸਮਝਾਉਂਦੇ ਨੇ ਫਿਰ ਬੰਦੇ ਉਹਨੂੰ ਜਦੋਂ ਫੋਲੋ ਕਰਦੇ ਨੇ ਤੇ ਫਿਰ ਉਹ ਬਦਲਦੇ ਨੇ ਪਰ ਹੁਣ ਇੱਕ ਗੱਲ ਦੇਖੋ ਜਿਹੜੇ ਹੁਣ ਇਦਾਂ ਦੇ ਬੰਦਿਆਂ ਕੋਲ ਜਾਈਏ ਗੱਲ ਕਰੀਏ ਪਰ ਉਹ ਬੰਦੇ ਵੀ ਉਹਨੂੰ ਹੀ ਬਦਲ ਸਕਦੇ ਨੇ ਜਿਹੜਾ ਬੰਦਾ ਬਦਲਣਾ ਚਾਹੁੰਦਾ ਹੈ ਪ੍ਰੋਬਲਮ ਤੇ ਉਹਨੇ ਦੱਸਤੀ ਵੀ ਆਹ ਪ੍ਰੋਬਲਮ ਹੈ ਤੇਰੀ ਆਹ ਪ੍ਰੋਬਲਮ ਹੈ ਇਦਾਂ ਕਰਕੇ ਤੂੰ ਡਰਦਾ ਤਾਂ ਹੈ ਇਸ ਚੀਜ਼ ਤੋਂ ਤੂੰ ਤਾਂ ਡਰਦਾ ਜੇ ਗੁਰੂ ਗ੍ਰੰਥ ਸਾਹਿਬ ਕੋਲ ਆਵਾਂਗੇ ਇੱਥੋਂ ਸਾਨੂੰ ਬੜਾ ਕੁਝ ਸਮਝਣ ਨੂੰ ਮਿਲਦਾ ਆਪਾਂ ਨੂੰ ਕਿੰਨੇ ਬੰਦੇ ਮਿਲਦੇ ਆ ਭਾਈ ਸਾਹਿਬ ਇਦਾਂ 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 ਮੈਂ ਕਈ ਵਾਰੀ ਅੱਧਾ ਘੰਟਾ ਲਾ ਦਿੰਦਾ ਵੀ ਭਾਈ ਐ ਨਹੀਂ ਐ ਕਰਨਾ ਪਰ ਹੁਣ ਬੰਗਾ ਤੇ ਇਹ ਹੈ ਚਾਹੇ ਆਪਣੇ ਕੋਲ ਆ ਜਾਏ ਕੋਈ ਜਿੱਥੇ ਮਰਜ਼ੀ ਜਾਵੇ ਚਾਹੇ ਕੋਈ ਇਦਾਂ ਦੇ ਸਾਇੰਟਿਸਟ ਨੇ ਮਨੋਵਿਗਿਆਨੀ ਨੇ ਇਹਨਾਂ ਕੋਲ ਜਾਵੇ ਉਹ ਬੰਦੇ ਬਦਲਣਗੇ ਤਾਂ ਜੇ ਬੰਦਾ ਇਸ ਲਈ ਗਿਆ ਵੀ ਮੈਂ ਬਦਲਣਾ ਹੈ ਮੇਰੀ ਪ੍ਰੋਬਲਮ ਹੈ ਮੈਂ ਸੁਭਾਅ ਆਪਣਾ ਚੇਂਜ ਕਰਨਾ ਹੈ ਠੀਕ ਹੈ ਨਾ ਹੋਰ ਅਗਲੀ ਗੱਲ ਕਰਾਂ ਉਹ ਤੇ ਚੇਂਜ ਕਰਦੇ ਹੀ ਨਹੀਂ ਜੇ ਨਾ ਆਪਣੇ ਡਾਕਟਰ ਆਪ ਵੀ ਡਾਕਟਰ ਬਣੇ ਰਹੀਏ ਆਪਣੀ ਸਾਈਕੀ ਨੂੰ ਆਪ ਹੀ ਵੇਖਦੇ ਰਹੀਏ ਆਪ ਹੀ ਜੱਜ ਬਣੇ ਰਹੀਏ ਵੀ ਜਿੱਥੇ ਜਿੱਥੇ ਪ੍ਰੋਬਲਮਾਂ ਨੇ ਕਿਵੇਂ ਇਹਨੂੰ ਠੀਕ ਕਰਨਾ ਕਹੀਏ ਏਡੇ ਦਿਮਾਗੀ ਬੰਦੇ ਐ ਕਿ ਉਹ ਆਪ ਹੀ ਡਾਕਟਰ ਨੇ ਆਪਣੇ ਆਪ ਹੀ ਆਪਣਾ ਇਲਾਜ ਕਰਦੇ ਨੇ ਮੈਨੂੰ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਪ੍ਰੋਬਲਮ ਹੈ ਮੇਰੀ ਮੈਂ ਇਹਦਾ ਹੱਲ ਕਰਨਾ ਮਤਲਬ ਫਿਰ ਤੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਆਪਣਾ ਆਪ ਵੀ ਕਰ ਸਕਦੇ ਹੋ ਤੇ ਜੇ ਨਹੀਂ ਕਰਨਾ ਤੇ ਦੁਨੀਆ ਦਾ ਸਭ ਤੋਂ ਮਸ਼ਹੂਰ ਮਨੋਵਿਗਿਆਨੀ ਵੀ ਹੋਵੇ ਲੈ ਜਾਓ ਚਲੇ ਜਾਓ ਉਹਦੇ ਕੋਲ ਕੋਈ ਫਰਕ ਨਹੀਂ ਪੈਂਦਾ ਬਸ ਬਦਲੇਗਾ ਉਹ ਜਿਹੜਾ ਬਦਲਣਾ ਚਾਹੁੰਦਾ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਝ ਸਮਾਏ ਆਪਣੇ ਮਨ ਨੂੰ ਕਚਹਿਰੀ 'ਚ ਆਪ ਖੜੇ ਕਰਨਾ ਪੈਣਾ ਇਹਦੇ ਨਾਲ ਝਗੜਨਾ ਪੈਣਾ ਇੱਥੇ ਗਲਤ ਹੈ ਤੂੰ ਆਪਣੇ ਆਪ ਨੂੰ ਕਹਿਣਾ ਪੈਣਾ ਆਹ ਤੇਰੀ ਪ੍ਰੋਬਲਮ ਹੈ ਇਹਨੂੰ ਠੀਕ ਕਰ ਮਰ ਜਿਵੇਂ ਬੰਦਾ ਦੂਜੇ ਨੂੰ ਕਹਿੰਦਾ ਨਾ ਇਹ ਤਾਂ ਆਪਣੇ ਆਪ ਨੂੰ ਕਹਿਣਾ ਪੈਣਾ ਤੂੰ ਦੱਸ ਮੈਨੂੰ ਮੇਰੇ ਤੋਂ ਕਈ ਵਾਰੀ ਇੱਦਾਂ ਹੁੰਦਾ ਮੈਂ ਆਪਣੀ ਗੱਲ ਦੱਸਦਾ ਮੇਰੀ ਪ੍ਰੋਬਲਮ ਕੀ ਹੈ ਕਈ ਵਾਰੀ ਨਾ ਆਪਾਂ ਬੰਦਿਆਂ ਨਾਲ ਗੱਲ ਕਰਦੇ ਹੁੰਦੇ ਆ ਆਇਆਂ ਨਾਲ ਤੇ ਮੈਂ ਕਈ ਵਾਰੀ ਉਹ ਗੱਲਾਂ ਵੀ ਕਰ ਦਿੰਦਾ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਮਤਲਬ ਫਿਰ ਮੈਨੂੰ ਪਤਾ ਲੱਗਦਾ ਵੀ ਯਾਰ ਮੈਂ ਐਵੇਂ ਹੀ ਘੰਟਾ ਲਾਤਾ ਵੀ ਮੇਰੀ ਮੈਨੂੰ ਪਤਾ ਬਾਅਦ 'ਚ ਲੱਗਦਾ ਕਈ ਵਾਰੀ ਵੀ ਮੈਂ ਨਾ ਆਹ ਗੱਲਾਂ ਕਰਨੀਆਂ ਸੀ ਪਰ ਮੇਰੇ ਪਟਾ ਚੜ੍ਹ ਗਿਆ ਜਿਵੇਂ ਰੀਲ ਨਹੀਂ ਚੱਲ ਪੈਂਦੀ ਪਟਾ ਚੜ੍ਹ ਗਿਆ ਉਹ ਪਟਾ ਚੜ੍ਹੇ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਜਦੋਂ ਫਲੋ ਫਲੋ ਦੇ ਵਿੱਚ ਗੱਲ ਕਰਦਿਆਂ 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 ਕਈ ਕੁਛ ਕਹਿੰਦੀ ਨਾ ਅਗਲੇ ਨੂੰ ਲੋਡ ਹੁੰਦੀ ਨਾ ਅਗਲੇ ਦਾ ਕਈ ਵਾਰੀ ਇੰਟਰਸਟ ਹੁੰਦਾ ਪਰ ਫਿਰ ਉਹਨੂੰ ਕੰਟਰੋਲ ਕਰੀਦਾ ਹੁਣ ਮੈਂ ਕੀ ਕਰਦਾ ਕਈ ਵਾਰੀ ਮੈਂ 2-3 ਪੁਆਇੰਟ ਨੋਟ ਕੀਤੇ ਆ ਸਾਹਮਣੇ ਹੀ ਆ ਜਾਂਦੇ ਆ ਮੈਂ ਫਿਰ ਉਹਨੂੰ ਪੜ ਚੇਤਾ ਆ ਜਾਂਦਾ ਮੇਰੇ ਫਿਰ ਮੈਨੂੰ ਮਿਲਣਾ ਮੈਂ ਕਿਹਾ ਮੈਂ ਧਿਆਨ 'ਚ ਰੱਖਣਾ ਯਾਰ ਵੀ ਮੈਂ ਇੰਨਾ ਕੁ ਰੱਖਣਾ ਇਹਦਾ ਫਾਇਦਾ ਵੀ ਹੈ ਇਹਦਾ ਬੜਾ ਨੁਕਸਾਨ ਵੀ ਕਈ ਬੰਦੇ ਹੁਣ ਆਲੇ ਦੁਆਲੇ ਵੇਖੋ ਪ੍ਰੋਗਰਾਮ ਕਰਦੇ ਨੇ ਰੇਡੀਓ ਤੇ ਕਰਦੇ ਨੇ ਮੈਂ ਸੁਣਦਾ ਵੇਖਦਾ ਮੈਂ ਕਹਿੰਦਾ ਯਾਰ ਕਈ ਗੱਲਾਂ ਪ੍ਰਚਾਰਕ ਨਾ ਅੰਦਰ ਕਰਦੇ ਨੇ ਅੰਦਰ ਆਪਸ 'ਚ ਕਰਦੇ ਨੇ ਮਸ਼ੀਨਰੀ ਜਾਗਰੂਕ ਅੰਦਰੇ ਅੰਦਰ ਹੀ ਕਰਦੇ ਨੇ ਗੱਲਾਂ ਉੱਪਰ ਨਹੀਂ ਕਰਦੇ ਤੇ ਕਈ ਇੰਨੀ ਖੁੱਲ੍ਹ ਕੇ ਗੱਲ ਕਰ ਦਿੰਦੇ ਨੇ ਜਿਹੜੀ ਕਿ ਜਿਹੜੇ ਮਸ਼ੀਨਰੀ ਨੇ ਪ੍ਰਚਾਰਕ ਨੇ ਅੰਦਰ ਕਰਦੇ ਨੇ ਲੁੱਕ ਕੇ ਪਤਾ ਸਾਰਾ ਹੁੰਦਾ ਪਰ ਸਾਹਮਣੇ ਨਹੀਂ ਕਰਦੇ ਇਹਦਾ ਕੀ ਹੁੰਦਾ ਹੈ ਵੀ ਸਾਰੇ ਬੰਦੇ ਜਦੋਂ ਉਦਾਂ ਦੀਆਂ ਗੱਲਾਂ ਸੁਣ ਲੈਂਦੇ ਨੇ ਖੁੱਲ ਜਾਂਦੇ ਕਿਉਂਕਿ ਸਾਰੇ ਤਾਂ ਆਵਾਰਾ ਹੋਣ ਵਾਲੇ ਨੇ ਥੋੜੀ ਥੋੜੀ ਗੱਲ ਬਾਹਰ ਆਵੇ 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 ਡਿਲੀਵਰ ਹੋਵੇ
ਤਾਂ ਸਮਝ ਆ ਜਾਂਦੀ ਜੇ ਸੌਰਾ ਹੀ ਕਹਿ ਦਿਓ ਤੇ ਦੁੱਧ ਹਜਮ ਨਹੀਂ ਹੁੰਦਾ ਘਿਓ ਹੁਣ ਕਿੱਥੇ ਅੱਜ ਕੱਲ੍ਹ ਹਜਮ ਹੁੰਦਾ ਖਾਲਸ ਸ਼ੁੱਧ ਘਿਓ ਖਵਾ ਦਿਓ ਕਿੱਥੇ ਹਜਮ ਹੁੰਦਾ ਪਤਾ ਬਾਦਾ ਉਲਟੀਆਂ ਹੀ ਕਰੂ ਪਰ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਨੋਟ ਕਰਿਓ ਮੈਂ ਵੀ ਨੋਟ ਕੀਤੀ ਹੈ ਪਿਛਲੇ 5-4 ਸਾਲਾਂ 'ਚ ਜਿਹੜੇ ਬੰਦੇ ਨਾ ਪਰਦੇ ਰੱਖਦੇ ਨੇ ਉਹਨਾਂ ਵਿੱਚ ਤੇ ਖੁੱਲ੍ਹ ਕੇ ਗੱਲ ਕਰਨ ਵਾਲਿਆਂ 'ਚ ਇੱਕ ਫਰਕ ਹੈ ਨੁਕਸਾਨ ਵੀ ਹੈ ਖਲਾਰਾ ਪੈ ਜਾਂਦਾ ਹੈ ਅਰਾਜਕਤਾ ਫੈਲ ਜਾਂਦੀ ਹੈ ਨੁਕਸਾਨ ਵੀ ਹੈ ਖਲਾਰਾ ਪੈ ਜਾਂਦਾ ਇਹ ਵੀ ਹੈ ਤਾਂ ਕਰਕੇ ਉਹਨੂੰ ਪਲੈਨਿੰਗ ਦੇਣੀ ਬੜੀ ਜ਼ਰੂਰੀ ਹੈ ਹਰ ਗੱਲ ਨੂੰ ਡਿਲੀਵਰ ਕਰਨਾ ਕਿੰਨਾ ਕਰਨਾ ਪਤਾ ਹੋਣਾ ਚਾਹੀਦਾ ਪਰ ਇੱਕ ਉਹਦਾ ਫਾਇਦਾ ਉਹ ਪਤਾ ਕੀ ਹੈ ਦਿਲ ਦੀਆਂ ਗੱਲਾਂ ਆਪਾਂ ਕਿਹਦੇ ਨਾਲ ਕਰਦੇ ਹਾਂ ਆਪਣੇ ਖਾਸ ਯਾਰ ਨਾਲ ਕਰਦੇ ਹਾਂ ਦਿਲ ਦੀਆਂ ਗੱਲਾਂ ਬਸ ਇੱਕ ਗੱਲ ਪੱਕੀ ਹੈ ਜਿਹੜਾ ਬੰਦਾ ਖੁੱਲ੍ਹ ਕੇ ਦਿਲ ਦੀ ਗੱਲ ਕਰਦਾ ਹੈ ਯਾਰ ਵੀ ਆਪਣੇ ਪੱਕੇ ਬਣਾ ਜਾਂਦਾ ਦਿਲਦਾਰ ਬਣ ਜਾਂਦਾ ਪਤਾ ਜਿਹੜੇ ਬੰਦੇ ਸੁਣਦੇ ਸਮਝਦੇ ਹੁੰਦੇ ਨੇ ਪਤਾ ਕੀ ਕਹਿੰਦੇ ਨੇ ਵੀ ਯਾਰ ਆਹ ਗੱਲ ਤੇ ਮੈਨੂੰ ਦੱਸੀ ਨਹੀਂ ਕਿਸੇ ਨੇ ਤੇ ਦਿਲ ਦੀ ਕਰੀ ਹੈ ਫਿਰ ਅਗਲਾ ਕਹਿੰਦਾ ਤੇਰੇ ਨਾਲ ਪਿਆਰ ਵੀ ਦੇ ਲਓ ਇਹ ਫਰਕ ਹੈ ਨਹੀਂ ਤੇ 15 ਬੰਦੇ ਨਾਲ ਨਹੀਂ ਤੁਰਦੇ ਹਜ਼ਾਰਾਂ ਦੇ ਹਿਸਾਬ ਨਾਲ ਤੁਰ ਪੈਂਦੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਜਿਹੜੀ ਪਰਸਨਲ ਗੱਲ ਹੈ ਇਹਨੇ ਕਿਵੇਂ ਕਰਤੀ ਮੇਰੇ ਨਾਲ ਦਿਲ ਦੀ ਮੰਨ ਲਓ ਮੇਰੇ ਨਾਲ ਮੇਰੇ ਕੋਲ ਕੋਈ ਬੰਦਾ ਆ ਗਿਆ ਮੈਂ ਉਹਦੇ ਨਾਲ ਪੂਰੀ ਪਰਸਨਲ ਗੱਲ ਕਰਤੀ ਪਰਸਨਲ ਗੱਲ ਮੈਂ ਕਿਹਦੇ ਨਾਲ ਕਰਦਾ ਆਪਣੇ ਕਿਸੇ ਖਾਸ ਬੰਦੇ ਨਾਲ ਹੁਣ ਇਹਦਾ ਨੁਕਸਾਨ ਵੀ ਕਰ ਸਕਦਾ ਕੋਈ ਮੇਰਾ ਉਹਨੂੰ ਗਲਤ ਲੈ ਜੇ ਬੇਵਕੂਫ ਹੋਏਗਾ ਉਹਨੂੰ ਗਲਤ ਲੈ ਜੂ ਪਰ ਜਿਹੜਾ ਥੋੜਾ ਜਿਹਾ ਜੈਨੂਅਨ ਹੋਇਆ ਉਹਨੇ ਪਤਾ ਕੀ ਕਹਿਣਾ ਉਹਨੇ ਕਹਿਣਾ ਯਾਰ ਕਮਾਲ ਕਰਤੀ ਦਿਲ ਦੀ ਗੱਲ ਕਰਤੀ ਤੇ ਮੇਰਾ ਯਾਰ ਬਣੂ ਕਿ ਨਹੀਂ ਬਣੂ ਕਿ ਨਹੀਂ ਨੁਕਸਾਨ ਹੋਊ ਡੰਗਰ ਬੰਦੇ ਨੇ ਆ ਗਿਆ ਕੋਈ ਉਹ ਮੈਨੂੰ ਬਲੈਕਮੇਲ ਕਰੂ ਸਮਝਦੇ ਹੋ ਉਹ ਕਹੂਗਾ ਆ ਫੜੀ ਗਈ ਗੱਲ ਹੁਣ ਮੈਂ ਐ ਕਰੂ ਤੇ ਜੇ ਹੋਇਆ ਕੋਈ ਬੰਦਾ ਜੈਨੂਅਨ ਉਹ ਮੇਰਾ ਪੱਕਾ ਦੋਸਤ ਬਣ ਜੂ ਰਿਸਕ ਤੇ ਲੈਣਾ ਪੈਂਦਾ ਇਹ ਰਿਸਕ ਲੈਣਾ ਪੈਂਦਾ ਤਾਂ ਕਰਕੇ ਨਾ ਅਸੀਂ ਗੱਲਾਂ ਤੇ ਕਰਦੇ ਹਾਂ ਅਗਲਾ ਕਿਉਂ ਨਹੀਂ ਮਰ ਮਿਟਦਾ ਕਿਉਂਕਿ ਅੰਦਰ ਕੁਝ ਹੋਰ ਹੈ ਤੇ ਸਟੇਜਾਂ ਤੇ ਕੁਝ ਹੋਰ ਹੈ ਅੰਦਰ ਗੱਲ ਹੋਰ ਹੈ ਬਾਹਰ ਹੋਰ ਹੈ ਫਿਰ ਯਾਰ ਨਹੀਂ ਬਣਦੇ ਹਾਂ ਇਹਦਾ ਨੁਕਸਾਨ ਹੁੰਦਾ ਹੈ ਨਾਲ ਨੁਕਸਾਨ ਵੀ ਹੁੰਦਾ ਤੇ ਫਾਇਦਾ ਵੀ ਹੁੰਦਾ ਦੋਨੇ ਪੱਖ ਨੇ ਇਸ ਚੀਜ਼ ਦੇ ਫਾਇਦਾ ਵੀ ਹੈ ਤੇ ਨੁਕਸਾਨ ਵੀ ਸਾਰੀਆਂ ਗੱਲਾਂ ਖੁੱਲ੍ਹ ਕੇ ਕਰਦੇ ਮਤਲਬ ਸਟੇਜ ਤੇ ਮੈਂ ਨੋਟ ਕੀਤਾ ਪਿੱਛੇ ਪਰ 5-4 ਸਾਲਾਂ 'ਚ ਆਪਾਂ ਕਈ ਗੱਲਾਂ ਬਹੁਤ ਖੁੱਲ੍ਹ ਕੇ ਕੀਤੀਆਂ ਉਹ ਖੁੱਲ੍ਹਣ ਨੇ ਅਗਲਾ ਜਿਹੜਾ ਡਾਊਟ ਜਿਹਾ ਸੀ ਵੀ ਪੜਦਾ ਹੀ ਰੱਖਦਾ ਯਾਰ ਇੱਥੇ ਭੁਲੇਖਾ ਜਿਹਾ ਰੱਖਦਾ ਜਦੋਂ ਉਹਨੂੰ ਖੁੱਲ੍ਹ ਕੇ ਕਹਿਤਾ ਇੱਕਦਮ ਕਲਿੱਕ ਹੋ ਗਈ ਗੱਲ ਉੱਥੇ ਹੀ ਫਿਰ ਅਗਲੇ ਦੇ ਅੱਖ 'ਚੋਂ ਪਾਣੀ ਆ ਜਾਂਦਾ ਘਰੇ ਬੈਠੇ ਦੇ ਅੱਖ 'ਚੋਂ ਪਾਣੀ ਆ ਜਾਂਦਾ ਵੀ ਹਾਂ ਯਾਰ ਉਹ ਇੱਕ ਕਿਉਂਕਿ ਨੇੜਤਾ ਵੱਧਦੀ ਹੈ ਨਾ ਅਗਲਾ ਕਹਿੰਦਾ ਯਾਰ ਆਹ ਤੇ ਅੰਦਰ ਦੀ ਗੱਲ ਸੀ ਕਿਵੇਂ ਕਰਤੀ ਜੇ ਸਾਨੂੰ ਆਪਣਾ ਸਮਝਿਆ ਤੇ ਤਾਂ ਹੀ ਕੀਤੀ ਜੇ ਆਪਣਾ ਸਮਝਿਆ ਤਾਂ ਹੀ ਕੀਤੀ ਨਾ ਜੇ ਬਗਾਨਾ ਸਵੇਰ ਫਿਰ ਕਿਉਂ ਕਰਦਾ ਹੈ ਆਪਣੇ ਅੰਦਰ ਦੀ ਗੱਲ ਕਿਵੇਂ ਕਰ ਗਿਆ ਦਿਲ ਦੀ ਗੱਲ ਕਿਵੇਂ ਕਰ ਗਿਆ ਬਹੁਤੇ ਬੰਦਿਆਂ ਨੂੰ ਪਤਾ ਸਾਰਾ ਹੈ ਗੁਰਮਤ ਕੀ ਹੈ ਤੇ ਮਨਮਤ ਕੀ ਹੈ ਅਸਲੀਅਤ ਕੀ ਹੈ ਹਕੀਕਤ ਕੀ ਹੈ ਧਰਮ ਦੀ ਹਕੀਕਤ ਦਾ ਸਾਰਿਆਂ ਨੂੰ ਪਤਾ ਹੈ ਪਰ ਬੜੇ ਵਿਗੜੇ ਬੰਦੇ ਨੇ ਗੋਲ ਗੋਲ ਕਰੀ ਗਏ ਗੋਲ ਗੋਲ ਅੱਧਾ ਕੁ ਬਚਾ ਲਿਆ ਅੱਧਾ ਕੁ ਰੱਖ ਲਿਆ ਕਿਤੇ ਭਾਵ ਅਰਥ ਕਿਤੇ ਸ਼ਬਦ ਅਰਥ ਗੋਲ 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 ਰੋਟੀ ਦਾ ਮਸਲਾ ਪਰ ਜਦੋਂ ਹੀ ਤੁਸੀਂ ਗੱਲ ਕੇ ਖੁੱਲ੍ਹ ਕੇ ਕਰੋਗੇ ਤੇ ਇੱਕਦਮ ਕਲਿੱਕ ਕਰ ਜਾਂਦੀ ਸਾਡਾ ਨੁਕਸਾਨ ਪਰ ਦੂਜੇ ਦਾ ਫਾਇਦਾ ਜਿਹੜਾ ਬੰਦਾ ਸਮਝ ਗਿਆ ਉਹ ਕਰ ਗਿਆ ਹੋ ਗਿਆ ਫਾਇਦਾ ਤੇ ਸਾਡੇ ਵਰਗਿਆਂ ਦੀ ਡਿਊਟੀ ਇਹ ਸੀ ਫਰਜ਼ ਇਹ ਬਣਦਾ ਸੀ